ਇਹ ਛੋਟੀ ਗੱਠ ਵਾਸਤੇ ਨਾ ਵੱਡੀ ਵਾਸਤੇ, ਵੱਡੀ ਵਾਸਤੇ ਉਹ ਹੀ ਕਾਮਯਾਬ ਹੈ, ਇਹ ਛੋਟੀ ਵਾਲਾ, ਛੋਟੀ ਵਾਸਤੇ ਅਜੇ ਤੀਕ ਕੋਈ ਨਹੀਂ ਬਣਿਆ, ਇਹ ਪਹਿਲਾ ਬਣਿਆ ਆਪਣੇ ਇੰਡੀਆ 'ਚ, ਨਾ ਹੀ ਅਜੇ ਮੈਂ ਦੂਜਾ ਯੂਟਿਊਬ ਬਹੁਤ ਦੇਖਿਆ, ਨਾ ਇਹ ਤੀਕ ਬਾਹਰ ਬਣਿਆ ਗਈ। ਆਹ ਕੀ ਬਣੀ ਜਾਂਦਾ, ਜੇਲ੍ਹ ਜੀ ਵਾਲਾ ਕਮਰਾ ਬਣੀ ਜਾਂਦਾ? ਇਹ ਜੀ ਲਿਫਟ ਤਿਆਰ ਹੁੰਦੀ ਆ ਤਾਂ ਠਾਂ ਚੜ੍ਹਨ ਨੂੰ, ਆਮ ਘਰਾਂ 'ਚ, ਦੁਕਾਨ 'ਚ, ਕਿਤੇ ਵੀ ਲਓ ਉਹ ਸਭ। ਐਲ ਪਿੰਡ ਦੇ ਵਿੱਚ ਮੈਂ ਆਇਆ ਨਾ, ਆਹ ਪ੍ਰਗਟ ਬਾਈ ਦੇ ਘਰੇ ਆਇਆ, ਤੁਸੀਂ ਦੇਖੋ ਵੀ ਬਾਈ ਨਾ ਘਰੇ ਹੀ, ਆਹ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਨਹੀਂ ਮਕਾਨਾਂ ਦੇ ਵਿੱਚ ਲਿਫਟਾਂ ਲਾ ਲੈਂਦੇ ਹੁੰਦੇ ਬਜ਼ੁਰਗਾਂ ਦੇ ਚੜ੍ਹਨ ਵਾਸਤੇ, ਜਾਂ ਬਹੁਤ ਸਾਰੇ ਦੁਕਾਨਦਾਰ ਨਹੀਂ ਲਾਉਂਦੇ ਹੁੰਦੇ ਲਿਫਟਾਂ, ਸਮਾਨ ਭਾਰਾ ਲਿਜਾਣ ਵਾਸਤੇ ਉਹ ਜਿਹੀਆਂ ਲਿਫਟਾਂ ਬਣਾਉਂਦਾ, ਮਤਲਬ ਅਲੱਗ ਤਰ੍ਹਾਂ ਦੀ ਚੀਜ਼ਾਂ ਬਣਾਉਂਦਾ ਬਾਈ ਪ੍ਰਗਟ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਕੀ ਬਣਦਾ ਆਪਣੇ ਕੋਲ? ਆਹ ਐਲੀਵੇਟਰ ਜਿਹਾ ਪਿਆ, ਇਹ ਕਾਹਦਾ ਪਿਆ? ਇਹ ਬਾਈ ਜੀ ਹੈਗਾ ਉਹ ਗੱਠਾਂ ਲੋਡ ਕਰਨ ਵਾਲਾ, ਇਹ ਇਟਲੀ ਦਾ ਬਣਿਆ, ਇਹ ਕਾਮਯਾਬ ਨਹੀਂ ਹੋਇਆ ਗਾ। ਅੱਛਾ, ਇਹ ਕਾਮਯਾਬ ਨਹੀਂ ਹੋਇਆ? ਇਹ ਕਾਮਯਾਬ ਨਹੀਂ, ਇਹਦੀ ਥਾਂ 'ਤੇ ਆਪਾਂ ਬਣਾਇਆ ਇਹ ਪੀਸ। ਅੱਛਾ, ਤੁਸੀਂ ਉਹਨੂੰ ਮੋਡੀਫਾਈ ਕਰਕੇ ਆਹ ਬਣਾ ਲਿਆ? ਆਹ ਬਣਾ ਦਾ, ਇਹਦੇ 'ਤੇ ਅੱਗੇ ਉਹ ਪੀਸ ਲੱਗ ਜਾਂਦਾ, ਇਹਨੇ ਗੱਠਾਂ ਤੁਰ ਜਾਂਦੀਆਂ ਚੱਕ ਲੈਣੀਆਂ, ਇਹ 'ਤੇ ਲੋਡ ਹੋ ਜਾਣੀਆਂ, ਇਹਨੇ ਟਰਾਲੇ 'ਚ ਪਲਟ ਦੇਣੀਆਂ। ਅੱਛਾ ਅੱਛਾ, ਆਹ ਟਰੈਕਟਰ ਦੇ ਮੂਹਰੇ ਲੱਗ ਜੂਗਾ? ਇਹ ਟਰੈਕਟਰ ਦੇ ਮੂਹਰੇ ਲੱਗਦਾ ਇੱਥੇ। ਇਹ ਐਂ ਚੱਕ ਚੱਕ ਕੇ ਇਹਦੇ ਉੱਤੇ ਗੱਠਾਂ ਸਿੱਟੀ ਜਾਊਗਾ? ਇਹਨੇ ਹਾਂ ਗਾਠੇ ਦੇ ਉੱਤੇ ਸਿੱਟ ਦੇਣੀ, ਅਤੇ ਇਹਨੇ ਐਂ ਚੱਕ ਕੇ, ਅੱਛਾ ਬਣੇ ਤਣੇ ਨਹੀਂ, ਐਂ ਚੱਕ ਕੇ ਟਰਾਲੇ ਸਿੱਟ, ਟਰਾਲੇ ਦੇ ਪਲਟ ਦੇਣੀ ਆ। ਅੱਛਾ, ਇਹ ਤੁਸੀਂ ਬਣਾਇਆ? ਹਾਂਜੀ, ਇਹ ਮੈਂ ਬਣਾਇਆ। ਆਹ ਤਾਂ ਯਾਰ ਕਮਾਲ ਕਰਤੀ ਬਾਈ ਪ੍ਰਗਟ ਫਿਰ। ਅਤੇ ਨਵੇੜਾ ਬਾਈ ਇਹ ਕਿੰਨਾ ਕੁ ਕਰਦਾ? ਇਹ ਨਵੇੜਾ ਜੀ, ਇਹਨੇ ਕਿਹੜਾ ਚੀਜ਼ ਕਿੰਨੇ ਥੱਕਣਾ ਜੀ? ਹਾਂਜੀ, ਮਤਲਬ ਮਸ਼ੀਨਰੀ ਹੈਗੀ ਆ, ਭਾਵਾਂ ਦਿਹਾੜੀ 'ਚ 20 ਟਰਾਲੇ ਭਰ ਲਏ। ਨਹੀਂ, ਇੱਕ ਤਾਂ 20 ਟਰਾਲੇ ਹੁੰਦੇ ਆ, ਵੀ ਇੱਕ ਹੁੰਦਾ ਵੀ ਸਪੀਡ 'ਤੇ ਹੁੰਦੇ ਨੇ ਕੰਮ ਕਰਨ ਦੀ। ਸਪੀਡ 'ਤੇ ਮਤਲਬ ਜੇ ਆਪਾਂ ਇੱਕ ਟਰਾਲਾ ਭਰਾਂਗੇ ਤਾਂ ਟਾਈਮ ਜ਼ਿਆਦਾ ਲੱਗਣਾ ਹੀ ਲੱਗਣਾ ਜੀ। ਜੇ ਇੱਕ ਥਾਂ 'ਤੇ ਕੰਮ ਆਪਾਂ 4-5 ਟਰਾਲੇ ਭਰਦੇ ਆ, ਫਿਰ ਇਹਦੇ ਨਾਲ ਉਹ 4-5-20 ਉਨੇ ਟਾਈਮ 'ਚ ਭਰ ਸਕਦੇ ਆ। ਜਿਹੜੇ ਦੂਸਰੇ ਐਲੀਵੇਟਰ ਆ, ਜਿਹੜੇ ਜਿਵੇਂ ਤੁਸੀਂ ਬਾਹਰਲਾ ਦਿਖਾਇਆ, ਉਹਦੇ ਨਾਲੋਂ ਜ਼ਿਆਦਾ ਕਾਮਯਾਬ ਹੈ? ਉਹਦੇ ਨਾਲ ਤਾਂ ਬਹੁਤ ਜ਼ਿਆਦਾ ਕਾਮਯਾਬ, ਜ਼ਿਆਦਾ ਤੇਜ਼ੀ ਨਾਲ ਕੰਮ ਕਰੂ। ਹਾਂਜੀ ਹਾਂਜੀ, ਠੀਕ ਆ। ਇਹਨੇ 1 ਮਿੰਟ 'ਚ 16 ਗੱਠਾਂ ਲਿਜਾਂਦਾ ਜੀ ਉੱਪਰ। 1 ਮਿੰਟ 'ਚ 16 ਗੱਠਾਂ ਲਿਜਾਂਦਾ ਇਹਦੇ 'ਤੇ, ਮਤਲਬ ਵੀ 40-42 ਗੱਠਾਂ ਬਿਨਾਂ ਕੋਈ ਚਿਣੇ ਤੋਂ ਪੈ ਜਾਂਦੀਆਂ। ਜੇ ਆਪਾਂ ਚਿਣ ਕੇ ਪਾਵਾਂਗੇ 100 ਗੱਠ ਦੇ ਨੇੜ ਪਾ ਸਕਦੇ ਤੇ, ਵੀ ਜੇ ਤਾਂ ਬੰਦਾ ਛੱਡ ਦੇ। ਹਾਂ, ਤਾਂ ਬੰਦਾ 100 ਗੱਠ ਇੱਕ ਵਾਰੀ ਗਈ ਤਾਂ 1.25 ਵਾਰ ਲੱਗ ਜਾਂਦਾ ਜੀ ਇੱਕ ਕਰਨਾ, ਅਤੇ 8 ਵਾਰ ਲੱਗਦੇ ਹੁੰਦੇ ਟਰਾਲੇ ਦੇ, ਵੇਖ ਲਓ ਕਿੰਨਾ ਟਾਈਮ ਲੱਗਣਾ। ਅਤੇ ਮੰਨ ਲਓ ਤੁਸੀਂ 3 ਮਿੰਟਾਂ 'ਚ ਨੇ ਗੇੜਾ ਲਿਜਾ ਕੇ ਦੇ ਦੇਣਾ। ਹਾਂ, ਮਤਲਬ ਟਰਾਲਾ ਬੰਦਾ ਗੇੜਾ ਲਾਉਣ ਵਾਲਾ ਹੋਵੇ, ਇਹ ਨਹੀਂ ਹੰਬਦਾ, ਇਹਨੇ ਨਹੀਂ ਹੰਬਣਾ। ਦੂਜੀ ਗੱਲ ਹੈਗੀ ਆ ਵੀ ਜੇ ਇੱਥੇ ਖੋਭਣ ਹੈਗਾ, ਟਰਾਲਾ ਭਰ ਕੇ ਪੂਰਾ ਨਹੀਂ ਬਾਹਰ ਨਿਕਲਦਾ ਗਾ, ਅਤੇ ਇਹ ਨਾ ਇਹਦੇ 'ਤੇ ਗੱਠਾਂ ਸਿੱਟੋ, 3 ਗੇੜਿਆਂ 'ਚ ਟਰਾਲਾ ਭਰ ਦੂ ਬਾਹਰ ਖੜਾ। ਹਾਂ, ਕੋਈ ਦਿੱਕਤ ਨਹੀਂ ਆਉਂਦੀ ਗੀ। ਆ ਉਹ ਇਕੱਲੀ ਜੀ 'ਚ ਚੁੰਝ ਜੀ ਫਸਾ ਕੇ ਲਿਜਾਂਦੇ ਆ, ਉਹ ਟਾਈਮ ਬਹੁਤ ਲਾ ਦਿੰਦਾ? ਉਹ ਤਾਂ ਟਾਈਮ ਲਾ ਦਿੰਦੇ। ਇਹ ਛੋਟੀ ਗੱਠ ਵਾਸਤੇ ਨਾ, ਵੱਡੀ ਵਾਸਤੇ, ਵੱਡੀ ਵਾਸਤੇ ਉਹ ਹੀ ਕਾਮਯਾਬ ਹੈ ਇਹ ਛੋਟੀ ਵਾਲਾ। ਛੋਟੀ ਵਾਸਤੇ ਅਜੇ ਤੀਕ ਕੋਈ ਨਹੀਂ ਬਣਿਆ, ਇਹ ਪਹਿਲਾ ਬਣਿਆ ਆਪਣੇ ਇੰਡੀਆ 'ਚ, ਨਾ ਹੀ ਅਜੇ ਮੈਂ ਦੂਜਾ ਯੂਟਿਊਬ ਬਹੁਤ ਦੇਖਿਆ, ਨਾ ਇਹ ਤੀਕ ਬਾਹਰ ਬਣਿਆ ਗਈ। ਅੱਛਾ, ਹਾਂ, ਇਹ ਤੀਕ ਬਾਹਰ ਵੀ ਨਹੀਂ ਬਣਿਆ, ਇੰਡੀਆ 'ਚ ਤਾਂ ਬਣਿਆ ਗਈ ਹੈ ਨਾ, ਪਹਿਲਾ ਮੇਰਾ ਬਣਾਇਆ ਹੈ। ਇਹ ਤਾਂ ਬਹੁਤ ਵਧੀਆ ਗੱਲ ਆ ਬਾਈ। ਹਾਂ, ਨਹੀਂ ਇਹ ਤਾਂ ਵਧੀਆ ਗੱਲ ਹੈ, ਚੱਲੂਗਾ ਵੀ, ਅਤੇ ਇਹ ਗੱਲ ਤਾਂ ਚੱਲੂਗਾ ਵੀ ਜ਼ਰੂਰ। ਇਹ ਤਾਂ ਤੰਗੀ ਬਹੁਤ ਸੀ ਲੇਬਰ ਤੋਂ, ਐਤਕੀ ਬਹੁਤ ਤੰਗ ਹੋਏ ਵੀ ਉੱਥੇ ਗਏ ਸੀ ਅਜੇ ਕਪੂਰਥਲੇ ਕੰਨੀ, ਅਤੇ ਮੈਂ ਉੱਥੇ ਧਾਰ ਲਿਆ, ਮੈਂ ਜਾ ਕੇ ਮੈਂ ਬਣਾਉਣਾ ਹੀ ਬਣਾਉਣਾ, ਫਿਰ ਮੈਂ ਆਉਂਦਾ ਹੀ ਵੇਟ ਤਾ, ਮੈਂ ਬਣਾ ਤਾ ਸੀ ਇਹ, ਬਣਾ ਤਾ। ਹਾਂ, ਐਕਤੀ ਚੱਲੂਗਾ ਇਹ? ਚੱਲੂਗਾ ਜੀ, ਫੀਲਡ ਦੇ ਵਿੱਚ ਐਕਤੀ ਚੱਲੂਗਾ? ਹਾਂਜੀ ਹਾਂਜੀ। ਪਿਛਲੀ ਵਾਰ ਚਲਾ ਕੇ ਦੇਖਿਆ? ਨਹੀਂ, ਪਿਛਲੀ ਰੇਂਜ ਲਾਇਆ, ਐਤਕੀ ਚੱਲੂਗਾ? ਨਹੀਂ, ਫਿਰ ਆਪਾਂ ਕਿਵੇਂ ਕਹਿ ਦਿੰਦੇ 1 ਮਿੰਟ 'ਚ ਗੱਠ ਤਾਂ ਲਿਆ? ਉਹ ਅਸੀਂ ਗੱਠਾਂ ਪਾ ਕੇ ਦੇਖੀਆਂ ਨਾ। ਅੱਛਾ ਅੱਛਾ, ਤਜਰਬੇ ਤਾਂ ਕਰਕੇ ਦੇਖਦੇ ਆ, ਚਲਾ ਕੇ ਤਾਂ ਦੇਖਿਆ ਇਹ? ਆਹ, ਮੈਂ ਗੱਠਾਂ ਦੇ ਥੱਲੇ ਰੱਖ ਕੇ ਆਗੇ ਚਲਾ ਕੇ ਦੇਖਿਆ ਵਿਆ। ਆਹੋ, ਉਹਨਾਂ ਤਾਂ ਬੰਦਾ ਮਿਸਤਰੀ ਬੰਦਾ ਦੇਖਦਾ ਆ, ਤਾਂ ਫਿਰ ਗਰਾਊਂਡ 'ਚ ਪਹਿਲੀ ਵਾਰ ਉਤਰੂਗਾ? ਗਰਾਊਂਡ 'ਚ ਪਹਿਲੀ ਵਾਰ ਉਤਰੂ, ਘਰੇ ਮਿਹਨਤ ਲਾਈ ਆ ਹਜੇ। ਹਾਂ, ਮਿਹਨਤ ਲੈ ਵੀ ਫੈਕਟਰੀਆਂ ਫੁਕਟਰੀਆਂ ਜਾ ਕੇ ਚੈੱਕ ਕੀਤੇ ਜਿੱਥੇ ਗੱਠਾਂ ਪਈਆਂ ਹੁੰਦੀਆਂ,
ਚੜਨ ਆਮ ਘਰਾਂ ਚ ਦੁਕਾਨ ਚ ਕਿਤੇ ਵੀ ਲਾਓ ਉਹ ਸਸਤੇ ਆ। ਅੱਛਾ ਆਹਾ ਹਾਂਜੀ, ਇਹ ਕੀ ਲੈਫਟ ਕੰਪੈਸਟੀ ਕੀ ਹੁੰਦੀ ਆ ਬਾਈ ਇਹਦੀ? ਇਹਦੀ ਕੰਪੈਸਟੀ ਜੋ ਮਰਜ਼ੀ ਬਣਾ ਲਏ, ਮਤਲਬ ਵੀ ਕੁਆਂਟਲ ਤੋਂ ਭਾਵੇਂ ਸ਼ੁਰੂ ਕਰਕੇ 10 ਕੁਆਂਟਲ ਦੀ ਬਣਾ ਲਏ, ਉਹ ਵੀ ਅਗਲੇ ਦੀ ਇੱਛਾ। ਵੀ ਲੈਫਟ ਕੰਪੈਸਟੀ ਉਹ ਅਗਲੇ ਦੀ ਇੱਛਾ ਹੈ ਕਿ ਆਪਾਂ ਕਿਹੜੀ ਮੋਟਰ ਲਾਉਣੀ ਆ, ਕਿਹੜੀ ਤਾਰ ਪਾਉਣੀ ਆ, ਕੀ ਗੱਲਬਾਤ ਆ। ਤੇ ਆਹ ਵੀ ਲੈਫਟ ਹੀ ਬਣਦੀ ਆ ਬਾਈ? ਇਹ ਵੀ ਲੈਫਟ ਹੀ ਬਣਦੀ ਹੈ। ਆਹਾ, ਇਹ ਵੀ ਲੈਫਟ ਬਣਦੀ ਆ। ਇਹ ਕਿਸੇ ਸੀਟ ਦੇ ਲੱਗ ਰਹੀ ਆ। ਅੱਛਾ, ਉਹਦੇ ਵਾਸਤੇ ਇਹ ਉਹ ਲੈਫਟ ਆ ਜਿਹਦੇ ਵਿੱਚ ਦੀ ਸਾਰਾ ਕੁਝ ਦਿਸਦਾ ਜਾ ਰਹਿੰਦਾ। ਹਾਂ, ਦਿਸਦਾ ਰਹਿੰਦਾ, ਹਨਾ, ਦਿਸਦਾ। ਉਹਦਾ ਆਪਦੀ ਇੱਛਾ ਨਾ, ਜੇ ਕਿਸੇ ਨੇ ਬੰਦ ਕਰਾਉਣੀ ਬੰਦ ਵੀ ਹੋ ਜੂ, ਭਾਵੇਂ ਸ਼ੀਸ਼ਾ ਲਵਾ ਲਏ, ਭਾਵਾਂ ਇਹ 'ਚ ਪਲਾਈ ਲਵਾ ਲਏ, ਜੋ ਮਰਜ਼ੀ ਲਵਾ ਲਏ, ਠੀਕ ਆ। ਉਹ ਜੇ ਉਹ ਬਟਨ ਜੇ ਲਾ ਦਿੰਦੇ ਹੋ ਉਵੇਂ ਅੰਦਰ ਜਿਹੜਾ ਉਹ ਆਟੋਮੈਟਿਕ ਹੋਊਗੀ। ਨਹੀਂ, ਉਹ ਵੀ ਬਣਾ ਦਿੰਦੇ ਤੁਸੀਂ? ਉਹ ਵੀ ਬਣਾ ਦਿੰਦੇ, ਜਿਹੜੀ ਅੰਦਰ ਐਂ ਲਿਖ ਐਂ ਆਉਂਦਾ ਬਟਨ ਜਾ ਵੀ ਆਹ ਨੱਪਤਾ। ਹਾਂ, ਉਹ ਵੀ ਬਾਰ ਬੰਦ ਹੋ ਜੇ, ਆਹ ਤੀਜੇ ਨੰਬਰ ਤੇ ਪਹੁੰਚ ਜੇ ਉੱਥੇ, ਉਹ ਵੀ ਬਣ ਜੂਗੀ। ਇਹ ਤਾਂ ਬ੍ਰਿਧ ਸਾਰਾ ਕੁਝ ਅਸੀਂ ਬਣਾਉਂਦੇ ਆ ਬਾਈ, ਇਹਨਾਂ ਦਾ ਕੰਮ। ਮੈਂ ਤਾਂ ਕਿਹਾ ਕਿਤੇ ਕੱਲੀ ਜਗਾੜੂ ਜੀ ਲੈਫਟ। ਨਹੀਂ, ਆਹ ਜਿਹੜੇ ਇਹਨਾਂ ਦੇ ਗੇਅਰ ਬਾਕਸ ਇਹਨਾਂ ਦੇ ਲੱਗਣ ਵਾਲੇ ਪਏ ਆ, ਤਿਆਰ ਹੋਏ ਪਏ ਆ। ਆਹ ਪਿਆ ਗੇਅਰ ਬਾਕਸ ਪਏ, ਉਹ ਮੋਟਰਾਂ ਪਈਆਂ। ਅੱਛਾ, ਆਹ ਗੇਅਰ ਬਾਕਸ ਪਿਆ? ਹਾਂਜੀ, ਇਹ ਗੇਅਰ ਬਾਕਸ ਪਏ ਆ। ਇਹ ਕਿੰਨੀ ਸਮਰੱਥਾ ਵਾਲਾ ਬਾਈ ਜਿਹੜਾ ਆਹ ਗੇਅਰ ਬਾਕਸ? ਇਹ 3 ਕੁਆਂਟਲ ਵੇਟ ਵਾਲਾ ਚੱਕਣ ਵਾਲਾ ਜੀ। ਇਹ 3 ਕੁਆਂਟਲ ਵਾਲਾ ਜਿਹੜੀ, ਮੰਨ ਲਓ, ਮੰਨ ਕੇ ਚਲੋ ਵੀ ਆਪਣੇ ਬੰਦਿਆਂ ਵਾਲੀ ਲੈਫਟ ਹੈ। ਹਾਂ, ਇਹ ਬੰਦਿਆਂ ਵਾਲੀ, ਘਰ 'ਚ ਲੱਗਣ ਵਾਲੀ ਹੈ। ਇਹ ਘਰ 'ਚ ਲੱਗਣ ਵਾਲੀ ਆ। ਤੇ ਇੱਕ ਬਾਈ ਆਹ ਬਣੀ ਜਾਂਦੀ ਆ, ਆਹ ਸਮਾਨ ਵਾਲੀ ਆ? ਇਹ ਸਮਾਨ ਵਾਲੀ ਫੈਕਟਰੀ 'ਚ ਲਿਜਾ ਰਹੀ ਇਹ। ਅੱਛਾ, ਇਹ ਦੂਜਾ ਮਤਲਬ 10 ਕੁਆਂਟਲ ਵੇਟ ਚੱਕ ਕੇ ਲਿਜਾਣਾ ਉਹਨੇ। ਅੱਛਾ, ਇਹਨੇ 10 ਕੁਆਂਟਲ ਚੱਕਣਾ? ਇਹਨੇ 10 ਕੁਆਂਟਲ ਦੀ। ਇਹਦੇ ਲਈ ਫਿਰ ਤਾਰ ਤੂਰ ਵੀ ਬਾਈ ਉਹੋ ਜਿਹੀ ਸਾਰਾ ਵੱਖਰੀ ਪੈਂਦੀ? ਇਹਨੂੰ 2-3 ਤਾਰਾਂ ਪੈਣੀ, 4 ਤਾਰਾਂ ਪੈਣੀਆਂ ਨਾ ਬਈ। ਕਿੰਨੇ ਚਿਰ ਦੇ ਵਿੱਚ ਲੈਫਟ ਤਿਆਰ ਕਰ ਦਿੰਦੇ ਆ ਬੰਦੇ ਨੂੰ? ਮੰਨ ਲਓ ਕਿਸੇ ਨੇ ਕਹਿ ਤਾ, ਜਿਵੇਂ ਕਹੇ ਤਾ ਕੋਈ 10 ਜਿਵੇਂ ਬੁਕਿੰਗ ਦੇ ਹਿਸਾਬ ਨਾਲ ਕੋਈ 15-20 ਦਿਨ ਤਾਂ ਲੱਗ ਹੀ ਜਾਂਦੇ ਆ। ਤੇ ਮੁੜ ਕੇ ਜੇ ਮੰਨ ਲਓ ਤਾਰ ਤੂਰ ਅਗਲੀ ਦੀ ਟੁੱਟ ਗਈ, ਖੜ ਗਈ ਲੈਫਟ, ਫਿਰ ਕੀ? ਤਾਰ ਟੁੱਟਣ ਤੋਂ ਉਹਦੀ ਸੇਫਟੀ ਲੱਗੂਗੀ, ਮਤਲਬ ਸੇਫਟੀ ਹੋਊਗੀ। ਜੋ ਤਾਰ ਟੁੱਟ ਗਈ, ਜਿੱਥੇ ਟੁੱਟੀ ਉਦੋਂ ਫੁੱਟ ਠਾਂ ਆ ਜਾਏ, 2 ਫੁੱਟ ਆ ਜਾਏ, ਬਸ ਇੱਦੂ ਠਾਂ ਨਹੀਂ ਆਊਗੀ ਲੈਫਟ। ਲੈਫਟ? ਹਾਂ, ਥੱਲੇ ਨਹੀਂ, ਮਤਲਬ ਥੱਲੇ ਟਰਾਲੀ ਡਿੱਗੂ ਨਹੀਂ ਵੀ, ਉਹ ਨਹੀਂ ਗੱਲ ਹੋਊਗੀ, ਬੰਦੇ ਸੱਟਾ ਵੱਜ ਜਾਣਗੇ। ਨਾ ਨਾ, ਉਹ ਨਹੀਂ ਗੱਲ। ਆਮ ਜਗਾੜੂ ਲਾਈ ਜਾਂਦੇ ਆ, ਪਰ ਅਸੀਂ ਨਹੀਂ ਲਾ ਰਹੇ। ਜਿਹੜੀ ਵੀ ਜਿਹੜੀ ਦੀ ਕਿਸੇ ਤਾਰ ਟੁੱਟ ਗਈ, ਉਹਨੇ ਆ ਕੇ ਰੁਕੂਗੀ ਉੱਥੇ, ਇਹ ਨਹੀਂ ਥੱਲੇ ਨਹੀਂ ਡਿੱਗੂਗੀ। ਠੀਕ ਆ, ਤਾਰ ਬਾਈ ਚਾਂਸ ਜੇ ਟੁੱਟ ਜੇ ਤਾਂ? ਹਾਂ, ਟੁੱਟਦੀ ਵੈਸੇ ਛੇਤੀ ਤਾਂ ਨਹੀਂ ਟੁੱਟਦੀ, ਪਰ ਜੇ ਜੁੜ ਕੇ ਹੋ ਜਾਂਦੇ ਆ, ਚੱਲਣ ਵਾਲੀ ਚੀਜ਼ ਆ ਯਾਰ, ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਹਾਂ, ਟਾਈਮ ਤੇ, ਪਰ ਸੇਫਟੀ ਦਿੱਤੀ ਆ? ਸੇਫਟੀ ਹੋਊਗੀ ਬਾਈ। ਇੱਕ ਗੱਲ ਮੈਨੂੰ ਉਹ ਦੱਸੋ, ਇਹਦੀ ਫਿਰ ਕੀ ਜ਼ਿੰਮੇਵਾਰੀ ਕੀ ਆ? ਮੰਨ ਕੇ ਚਲੋ ਤੁਸੀਂ ਲਾਤੀ ਲੈਫਟ, ਲਾਤੀ 15 ਕੁਆਂਟਲ ਭਾਰ ਵਾਲੀ ਆਪਾਂ ਲਾ, ਉਹ 13 ਅਸੀਂ ਚਕਾ ਕੇ ਦਿਖਾਵਾਂਗੇ, 15 ਕੁਆਂਟਲ ਚਕਾ ਕੇ। ਹਾਂ, ਅਗਲਾ ਲੋਡ ਪਾ ਲੈਂਦਾ, ਚੈੱਕ ਕਰ ਜਾ ਵੀ ਭਾਈ, ਤੋਲ ਕੇ ਧਰ ਲਾ। ਹਾਂ, 15 ਵਾਲੀ ਤੇ 15.5 ਵੀ ਪਾ ਕੇ ਦੇਖ ਲਾ ਕੇ। ਹਾਂ, ਉਹ ਹੁੰਦਾ ਜੇ 10 ਕੁਆਂਟਲ ਵਾਲੀ ਤੋਂ, ਮਤਲਬ ਅਸੀਂ 12-13 ਵਾਲੀ ਲਾਉਂਦੇ ਹੁੰਦੇ ਨਾ, ਫਿਰ ਉਹ 10 ਕੁਆਂਟਲ ਦਾ ਵੇਟ ਪਾ ਕੇ 10 ਦਾ 12 ਪਾ ਕੇ 13 ਨੂੰ ਚੈੱਕ ਕਰਾ ਦੇਈ, ਚੈੱਕ ਕਰਾ ਦੇਈਦੀ ਆ, ਤੇ ਮੁੜ ਕੇ ਉਹਨੂੰ ਕਹਿ ਦਿੱਤਾ ਭਾਈ 10 ਹੀ ਪਾਈ 12 ਨਾ ਪਾਈ। ਉਹ ਤਾਂ ਫਿਰ, ਹਾਂ, ਉਹ ਤਾਂ ਠੀਕ ਹੀ ਹੈ। ਤੇ ਉਹ ਤੋਂ ਬਾਅਦ ਕਿੰਨੇ ਚਿਰ ਦੀ ਰਹਿੰਦੀ ਵੀ ਸਰਵਿਸ? ਇੰਨੇ ਚਿਰ ਦੇ ਵਿੱਚ ਕੋਈ ਖਰਾਬ ਖਰੂਬ ਹੋ ਗਈ? ਛੇਤੀ ਤਾਂ ਕੋਈ ਜੀ ਨੁਕਸ ਨਹੀਂ ਪੈਂਦਾ ਗੱਡੀ ਦਾ? ਆਉਂਦੀ ਨਹੀਂ? ਨਹੀਂ, ਛੇਤੀ ਨਹੀਂ ਨੁਕਸ ਪੈਂਦਾ ਗਾ। ਕੋਈ ਵੇਖੋ ਜੀ, ਅੱਗੇ ਤੋਂ 3-4 ਸਾਲ ਬਾਅਦ ਕੋਈ ਮਾੜਾ ਮੋਟਾ ਭਾਵੇਂ ਤੋਂ ਸਰਵਿਸ ਤੁਸੀਂ ਦੇ ਦਿਓਗੇ? ਹਾਂ, ਸਰਵਿਸ ਮਿਲੂਗੀ, ਸਰਵਿਸ ਦੇ ਦਿਓਗੇ? ਹਾਂ, ਸਰਵਿਸ ਮਿਲੂ। ਇਹ ਬਾਈ ਕਿੰਨੀ ਇੱਕ ਯਾਰ, ਜਿਹੜੇ ਬਜ਼ੁਰਗ ਹੁੰਦੇ ਆ, ਕਈ ਬਜ਼ੁਰਗ ਕਿਸੇ ਦੇ ਬੁੜੇ ਹੁੰਦੇ ਆ ਬਜ਼ੁਰਗ, ਕਈਆਂ ਦਾ ਘਰ ਬਹੁਤ ਉੱਚੇ ਪਾਏ ਵੇ ਆ, ਜਾਂ ਕਈ ਰਹਿੰਦੇ ਹੀ ਉੱਪਰਲੀ ਮੰਜ਼ਿਲ ਤੇ, ਥੱਲੇ ਪਸ਼ੂ ਜਾਂ ਗੱਡੀਆਂ ਜਾਂ ਹੋਰ ਆ, ਤੇ ਬਜ਼ੁਰਗਾਂ ਤੋਂ ਚੜਿਆ ਨਹੀਂ ਜਾਂਦਾ, ਉਤਰਿਆ ਨਹੀਂ ਜਾਂਦਾ। ਬਜ਼ੁਰਗਾਂ ਦੇ ਚੜ੍ਹਨ ਉਤਰਨ ਵਾਲੀ ਇੱਕ ਕਈ ਪੌੜੀਆਂ ਜਾਂ ਦੇ ਨਾਲ ਦੀ ਐਂ ਜੇ ਕੁਰਸੀ ਜੀ ਜਾਂਦੀ ਹੁੰਦੀ ਆ, ਉਹ ਤਾਂ ਨਹੀਂ ਵੈਸੇ ਤਿਆਰ ਕੀਤੀ ਜੀ। ਤੇ ਜੇ ਕਰਨੀ ਹੋ ਜੇ ਕਿਸੇ ਤੋਂ, ਉਸ ਹਿਸਾਬ ਨਹੀਂ ਕਰਨੀ, ਹੋ ਜੂਗੀ ਉਹ, ਨਹੀਂ ਨਾ ਬਣਨੀ ਗੀ।
ਨਹੀਂ ਇੱਕ ਕਈ ਨਾ ਐਂ ਪੌੜੀਆਂ ਜੀਆਂ ਦੇ ਨਾਲ ਮੈਂ ਦੇਖਿਆ ਉਹ ਕੁਰਸੀਆਂ ਆਈਆਂ ਜਾਂਦੀਆਂ ਉਹ ਤਾਂ ਹੋ ਜਾਂਦਾ ਚੈਨ ਸਿਸਟਮ ਲੱਗ ਵੀ ਜਾਂਦਾ ਉਹ ਮੱਥਾ ਨਹੀਂ ਮਾਰਿਆਗਾ ਹੋ ਜੂ ਇੰਨੀ ਗੱਲ ਨਾ ਹੋਣ ਵਾਲੀ ਹਾਂ ਪਰ ਉਹ ਕੀਤਾ ਨਹੀਂ ਵੀ ਦਿਮਾਗ 'ਚ ਤਾਂ ਹੈਗੀ ਆ ਕਹਾਣੀ ਜੇ ਕਿਸੇ ਨੇ ਆਹ ਬਣਾ ਦੇ ਤਾਂ ਬਣ ਜਾ ਐਂ ਤਾਂ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਉਹ ਤੁਸੀਂ ਹਜੇ ਬਣਾਉਂਦੇ ਹਜੇ ਨਹੀਂ ਬਣਾਈ ਅਜੇ ਨਹੀਂ ਬਣਾਉਂਦੇ ਜੇ ਆਰਡਰ ਆ ਗਿਆ ਬਾਈ ਚਾਂਸ ਜੇ ਆਰਡਰ ਆ ਗਿਆ ਫਿਰ ਦੇਖ ਵੀ ਲਵਾਂਗੇ ਏਡੀ ਕੋਈ ਗੱਲ ਨਹੀਂ ਹੈਗੇ ਇਹ ਪ੍ਰੀਤ ਬੰਦੇ ਉਹ ਆ ਹਨਾ ਵੀ ਚੈਲੰਜ ਲੈਂਦੇ ਆ ਤੇ ਆਹ ਬੇਲਰ ਖੋਲੀ ਬੈਠੇ ਆ ਘਰੇ ਇਹ ਬੇਲਰ ਰਿਪੇਅਰ ਕਰਦੇ ਜੀ ਆਪਣੇ ਗੱਠਾਂ ਵਾਲੇ ਬੇਲਰ ਵੀ ਅਸੀਂ ਚਲਾਉਂਦੇ ਆ ਅੱਛਾ ਤੁਸੀਂ ਆਪਦੇ ਆ ਬੇਲਰ ਤੁਹਾਡੇ ਹਾਂਜੀ ਆਪਦੇ ਬੇਲਰ ਅੱਛਾ ਇਹਨੂੰ ਰਿਪੇਅਰ ਚੱਲੀ ਜਾਂਦੀ ਆ ਤੇ ਬਾਪੂ ਜੀ ਹੁਣੀ ਪਹਿਲਾਂ ਕੰਮ ਕਰਦੇ ਹੁੰਦੇ ਸੀ ਨਹੀਂ ਬਾਪੂ ਜੀ ਹੁਣੀ ਤਾਂ ਨਹੀਂ ਕਰਦੇ ਇਹ ਤਾਂ ਖੇਤੀਬਾੜੀ ਕਰਦੇ ਸੀ ਖੇਤੀ ਹਾਂ ਤੇ ਬੇਟਾ ਨਾਲ ਲਾ ਲਿਆ ਹਾਂ ਬੇਟਾ ਲੱਗਾ ਜੀ ਨਾਲ ਇਹਨੂੰ ਲਾਇਆ ਇਹ ਇੰਜੀਨੀਅਰ ਬਣ ਗਿਆ ਹਾਂ ਬਣੀ ਜਾਂਦਾ ਮੈਂ ਬਣ ਜੂਗਾ ਹੈਂ ਹਾਂ ਬਣ ਜੂ ਚੰਗੀ ਗੱਲ ਆ ਕਿੰਨੇ ਬੰਦੇ ਬਾਈ ਟੋਟਲ ਕਿੰਨੇ ਬੰਦੇ ਕੰਮ ਕਰਦੇ ਆ ਯਾਰ ਸਮਾਨ ਸਮੂਨ ਆਈ ਬਹੁਤ ਜਾਂਦਾ ਸਾਡੇ ਕੋਲ ਹੈਗੇ 7-8 ਬੰਦੇ ਕੰਮ ਕਰੀ ਜਾਂਦੇ ਆ ਆ ਸਮਾਨ ਆ ਆ ਬਾਈ ਸਮਾਨ ਲਾਉਣ ਆਇਆ ਵਾ ਇਹ ਬਾਈ ਹਾਂ ਲਿਫਟਾਂ ਦੀ ਬੁਕਿੰਗ ਹੋਈ ਉਹਨਾਂ ਵਾਸਤੇ ਸਮਾਨ ਮੰਗਾਇਆ ਵਿਆ ਇਹ ਕਿੰਨੀ ਕੁ ਦੂਰ ਤੱਕ ਲਾ ਦਿੰਦੇ ਆ ਬਾਈ ਸਰਵਿਸ ਕਿੰਨੀ ਕੁ ਦੂਰ ਤੱਕ ਦੇ ਦਿੰਦੇ ਆ ਲਿਫਟ ਵਾਲੇ ਜਿੱਥੇ ਵੀ ਸੂਤਰ ਆ ਕੇ ਲਾ ਦਾਂਗੇ ਕੋਈ ਚੱਕਰ ਨਹੀਂ ਆ ਕਿਹੜੇ ਏਰੀਏ 'ਚ ਖੜੇ ਆ ਭਾਈ ਇਹ ਆਪਣਾ ਡਿਸਟ੍ਰਿਕਟ ਫਰੀਦਕੋਟ ਆ ਪਿੰਡ ਹੈ ਇਹਦਾ ਜੀ ਹਾਂਜੀ ਪਰ ਜੇ ਮੰਨ ਲਓ ਲੁਧਿਆਣੇ ਪਠਾਨਕੋਟ ਜਲੰਧਰ ਨੋਰਮਲ ਹੀ ਇੱਥੇ ਤਾਂ ਲੱਗ ਜੂਗੀ ਕੋਈ ਚੱਕਰ ਨਹੀਂ ਐਂ ਤਾਂ ਰਾਜਸਥਾਨ ਹਿਮਾਚਲ 'ਚ ਵੀ ਲਾ ਕੇ ਆਏ ਹਾਂ ਹਿਮਾਚਲ 'ਚ ਅੱਛਾ ਹਰਿਆਣੇ 'ਚ ਵੀ ਲਾ ਕੇ ਆਏ ਹਾਂ ਲੈਫਟਾਂ ਜਿੱਥੇ ਮਰਜ਼ੀ ਲਵਾ ਲਏ ਹਾਂ ਲੈ ਵੀ ਬਈ ਤਾਂ ਦੇਖ ਵਾ ਮੋਟਰਾਂ ਮੋਟਰਾਂ ਆਈ ਜਾਂਦੀਆਂ ਦੇਖ ਇਹ ਮੋਟਰ ਕਿਹੜੀ ਕੰਪਨੀ ਦੇ ਲੈ ਕੇ ਹੋਰ ਕਿਤੇ ਦਾ ਕਰੈਪਟ ਇਹ ਇਹ ਲੈਫਟ ਤੇ ਇਹੀ ਲੱਗਦੀ ਆ ਲੈਫਟ ਤੇ ਹਾਂ ਕਰੈਪਟ ਨਹੀਂ ਲਾਈ ਜਾਂਦੀ ਇਹ ਫਿਰ ਬਾਈ ਇਹਦੇ ਚੱਕਰ ਘਟਾਉਣੇ ਪੈਂਦੇ ਹੋਣਗੇ ਇਹਦਾ ਚੱਕਰ ਬਹੁਤ ਤੇਜ਼ ਨਹੀਂ ਚੱਕਰ ਉੱਪਰ ਗੇਅਰ ਬਾਕਸ ਤੋਂ ਸੈਟਿੰਗ ਹੋ ਜਾਂਦੀ ਆ ਗੇਅਰ ਬਾਕਸ ਗੇਅਰ ਨਾਲ ਚੱਕਰ ਘਟ ਜਾਂਦੇ ਹਾਂਜੀ ਠੀਕ ਆ ਤੇ ਜਿਹੜਾ ਬਾਈ ਫਿਰ ਉਹ ਆਟੋਮੈਟਿਕ ਬਟਨਾਂ ਜਾਂ ਵਾਲਾ ਉਹ ਕਿਵੇਂ ਕਰਦੇ ਉਹ ਪੈਨਲ ਬਣਾਉਣਾ ਵੀ ਬਣਾ ਵੀ ਲਈਦਾ ਬਣਿਆ ਬਣਾਇਆ ਵੀ ਲੈ ਲਈਦਾ ਉਹ ਕਰ ਅੱਛਾ ਉਹਦੇ ਨਾਲ ਉਹ ਦਿਮਾਗ ਉਹਦਾ ਉਹ ਫਿੱਟ ਕਰ ਦੇਣਾ ਹਾਂ ਜੇ ਜਾ ਉਹ ਤਾਂ ਵਰਕ ਜੇ ਜਾ ਵੀ ਆਪਾਂ ਕਰਾਉਣਾ ਚਾਹੁੰਦੇ ਹੋ ਸਕਦਾ ਹੁਣ ਤਾਂ ਆਪਣੀ ਇੱਛਾ 12 ਪੁੱਟੀਆਂ ਸਿੱਧੀਆਂ ਲਾਉਣੀਆਂ ਜੇ ਜਾ ਮਰਜ਼ੀ ਕੁਛ ਹੋ ਸਕਦਾ ਨਹੀਂ ਠੀਕ ਆ ਜਿਹੜਾ ਬੰਦਾ ਜਿਹੜੇ ਕੰਮ ਦਾ ਕਰਿੰਦਾ ਜਦੋਂ ਤੁਸੀਂ ਮੈਂ ਆਇਆ ਤੁਸੀਂ ਮੈਨੂੰ ਕਿਹਾ ਵੀਡੀਓ ਕਿਵੇਂ ਬਣੂਗੀ ਮੈਂ ਕਿਹਾ ਵੀ ਬਸ ਇਹ ਬਣ ਜਾਣੀ ਹੈ ਸਾਨੂੰ ਪਤਾ ਇਹ ਬਣ ਜਾਂਦੀ ਹੁੰਦੀ ਆ ਉਹ ਗੱਲ ਆ ਵੀ ਉਹ ਗੱਲ ਲੈਫਟ ਬਣ ਜਾਣੀ ਆ ਸਾਨੂੰ ਤੁਹਾਨੂੰ ਪਤਾ ਬਣ ਹੀ ਜਾਣੀ ਹਨਾ ਜਿਹੜਾ ਬੰਦਾ ਜਿਹੜੇ ਕੰਮ ਦਾ ਕਰਿੰਦਾ ਉਹਨੇ ਕਰ ਹੀ ਲੈਣਾ ਨਹੀਂ ਸਹੀ ਆ ਬਾਈ ਤੁਹਾਡੇ ਕੋਲ ਮਾਲਕ ਦੀ ਕਿਰਪਾ ਨਾਲ ਕੰਮ ਵੀ ਜਿਵੇਂ ਪਿੰਡ ਦੇ ਵਿੱਚ ਤੁਸੀਂ ਛੁੱਪੇ ਜੇ ਬੈਠੇ ਕੰਮ ਬਹੁਤ ਆ ਤੁਹਾਡੇ ਕੋਲ ਕੰਮ ਵਾਧੂ ਸਾਡੇ ਕੋਲ ਹਨਾ ਕੰਮ ਵਾਧੂ ਤੇ ਜੇ ਕੰਮ ਮੰਨ ਕੇ ਚਲੋ ਇਦੋਂ ਦੁੱਗਣਾ ਆ ਗਿਆ ਫਿਰ ਲੋਕਾਂ ਨੂੰ ਲੇਟ ਤਾਂ ਨਹੀਂ ਕਰੀ ਜਾਓਗੇ ਨਹੀਂ ਉਹ ਜੇ ਬੰਦੇ ਵਧਾਈ ਜਾਂਦੇ ਅਸੀਂ ਠੀਕ ਹੈ ਇਹ ਵੀ ਗੱਲ ਸਹੀ ਹਾਂ ਵੀ ਆਹ ਹੁਣ ਘਰ ਆ ਘਰ ਵਾਲਾ ਸ਼ੈੱਡ ਆ ਫਿਰ ਫੈਕਟਰੀ ਬਣ ਜੂਗੀ ਉਹ ਤਾਂ ਫਿਰ ਕੋਈ ਹੋ ਹੀ ਜਾਂਦਾ ਹੱਲ ਤਾਂ ਕੋਈ ਪਹਿਲਾਂ ਵੀ ਕੂਲਰ ਵਾਲੀ ਫੈਕਟਰੀ ਹੁੰਦੀ ਸੀ ਹਾਂ ਪਹਿਲਾਂ ਕੂਲਰ ਫੈਕਟਰੀ ਸੀ ਹਾਂ ਪਹਿਲਾਂ ਕੂਲਰ ਬਾਈ ਹੁਣਾਂ ਨੇ ਪਹਿਲਾਂ ਕੂਲਰ ਫੈਕਟਰੀ ਕਾਫੀ ਟਾਈਮ ਚਲਾਈ ਆ ਮਤਲਬ ਆਪਾਂ ਕਹਿ ਸਕਦੇ ਪੁਰਾਣੇ ਇੰਜੀਨੀਅਰ ਬੰਦੇ ਆ ਜਿਨ੍ਹਾਂ ਕੋਲ ਤਜਰਬਾ ਹੈ ਕੰਮ ਕਰਨ ਦਾ ਫੀਲਡ ਦੇ ਵਿੱਚ ਗਾਹਕਾਂ ਨੂੰ ਸਮਾਨ ਕਿੱਥੋਂ ਲੈਣਾ ਕਿੱਥੋਂ ਵਧੀਆ ਲੈਣਾ ਕਿਹੋ ਜਿਹਾ ਹੋਊਗਾ ਸਾਰੇ ਕਾਸੇ ਦਾ ਮੇਰੇ ਆਉਣਾ ਜੀ ਸਾਰੇ ਇਲੈਕਟ੍ਰੋਨਿਕ ਸਾਰੇ ਕੰਮ ਕੀਤੇ ਟੋਟਲ ਅਸੀਂ ਪਹਿਲਾਂ ਬੈਟਰੀ ਬਣਾਉਣ ਤੋਂ ਸ਼ੁਰੂ ਕੀਤਾ ਬੈਟਰੀ ਤੋਂ ਇਨਵਰਟਰ ਬਣਾਏ ਸਟੈਪਲਾਈਜ਼ਰ ਤਿਆਰ ਕੀਤੇ ਵੱਡੇ ਟ੍ਰਾਂਸਫਾਰਮਰ ਰਿਪੇਅਰ ਕਰਦੇ ਕਰਦੇ ਰਹੇ ਹਾਂ ਬਣਾਉਂਦੇ ਰਹੇ 3 ਫੇਸ ਬਣਾ ਕੇ UP ਤੱਕ ਵੀ ਘੱਲੇ ਅਸੀਂ ਉਹ ਵਧਾਉਣ ਘਟਾਉਣ ਵਾਲੇ ਲਾਈਟ ਜੀ ਉਦੋਂ ਵੱਧ ਘੱਟ ਹੁੰਦੀ ਸੀ ਲਾਈਟ ਜੀ ਅਤੇ ਉਦੋਂ ਬਾਅਦ ਅਸੀਂ 2012 'ਚ ਕੂਲਰ ਫੈਕਟਰੀ ਲਾ ਕੇ ਅਤੇ ਸਾਰੇ ਦੂਜੇ ਛੱਡਤੇ ਸੀ ਬਾਈ ਕਿੰਨੇ ਇਹ ਜਿਹੜੀ ਲੈਫਟ ਤੁਸੀਂ ਲਾਓਗੇ 5 ਮੰਜ਼ਿਲਾਂ ਦੀ ਦਾ ਰੇਟ ਅੱਡ ਹੋਊ 6 ਮੰਜ਼ਿਲਾਂ ਦਾ ਰੇਟ ਅੱਡ ਹੋਊ ਹਾਂਜੀ ਹਰੇਕ ਦਾ ਅੱਡ ਅੱਡ ਨਹੀਂ ਉਹ ਤਾਂ ਫਿਰ ਤਾਰ ਹੀ ਵਧਣੀ ਉਹਦਾ ਕਿੰਨਾ ਕੁ ਰੇਟ ਦਾ ਫਰਕ ਪੈਂਦਾ ਤਾਰ ਵੀ ਚਾਹੀਦਾ ਵੀ ਉੱਥੇ ਦੂਜਾ ਸਿਰਦਰਦੀ ਵਧਣੀ ਸਾਰਾ ਕੁਛ ਹੀ ਹੋ ਜਾਂਦਾ ਅੱਛਾ ਰਿਸਕ ਵੀ ਲੈਣਾ ਪੈਂਦਾ ਉਹ ਚੈਨਰ ਵੀ ਲੱਗਣਾ ਫਰੀ ਤੁਹਾਨੂੰ ਗੱਲਾਂ ਮੈਂ ਤਾਂ ਕਦੀ ਤਾਰ ਹੀ ਵਧਾਉਣੀ ਬਹੁਤ ਕੁਛ ਵੱਧਦਾ ਉਹਦੇ 'ਚ ਹੈਂ ਬਹੁਤ ਕੁਛ ਵੱਧ ਜਾਂਦਾ ਐਵੇਂ ਲੱਗਦਾ
ਹਾਂ ਨਹੀਂ ਠੀਕ ਸਹੀ ਹੈ, ਇੰਨਾ ਹੈਗਾ ਵੀ ਜਿਹੜਾ ਪਹਿਲੀ ਤੇ ਖਰਚਾ ਪੈਂਦਾ ਉਹ ਦੂਜੀ ਤੇ ਘੱਟ ਜਾਂਦਾ ਬਹੁਤ, ਦੂਜੀ ਮੰਜ਼ਿਲ ਤੇ ਦੁੱਗਣਾ ਨਹੀਂ ਹੁੰਦਾ। ਹਾਂ ਜੇ ਹੁਣ ਪਹਿਲੀ ਤੇ ਮੰਨ ਲਓ 1,00,000 ਰੁਪਇਆ, ਦੂਜੀ ਤੇ 1,25,00,000 ਨਾਲ ਵੀ ਸਰ ਜਾਣਾ। ਹਾਂ ਵੀ ਫਿਰ ਫਿਰ 20,000 ਹੀ ਵਧੂਗਾ। ਹਾਂ 20-25,000 ਰੁਪਇਆ ਵੱਧ ਜਾਂਦਾ, ਫਿਰ 20-25,000 ਵਧੂਗਾ। ਐਵਰੇਜ 1,00,000 ਰੁਪਈਏ ਚ ਲਿਫਟ ਲੱਗ ਜਾਂਦੀ ਹੈ ਇੱਕ ਮੰਜ਼ਿਲ, ਜਿਹੜੀ ਆਮ ਪਹਿਲੀ ਮੰਜ਼ਿਲ ਤੇ ਲਾਉਣੀ ਹੋਏ 1,00,000 ਰੁਪਈਏ ਚ ਲੱਗ ਜਾਂਦੀ ਹੈ। ਮਤਲਬ ਵੀ ਹਾਂ ਜੇ ਲੋਕਾਂ ਦੇ ਹੁਣ ਜਗ੍ਹਾ ਅੰਦਰ ਵੀ ਨਹੀਂ ਛੱਡੇਗੀ, ਬਾਹਰੋਂ ਹੀ ਚੜ ਜਾਂਦੀ ਹੈ। ਬਾਹਰਲੇ ਪਾਸੇ ਬਾਹਰਲੇ ਪਾਸੇ ਤੇ ਜਿਹੜੀ ਬਾਹਰਲੇ ਪਾਸੇ ਮੀਂਹ ਕਣੀ ਚ ਖਰਾਬ ਖਰੂਬ ਤਾਂ ਨਹੀਂ ਹੁੰਦੀ? ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਨਹੀਂ ਕੁਛ। ਬਹੁਤ ਲੋਕਾਂ ਦੀਆਂ ਪੈਸੇ ਲਾਈਆਂ ਹੋਈਆਂ ਸਮਾਨ ਸਮੂਹ ਚੜਾਉਣ ਨੂੰ, ਕਈ ਬੰਦਿਆਂ ਦਾ ਬਹੁਤ ਬਹੁਤ ਹੁਣ ਤਾਂ ਘਰਾਂ ਦੇ ਵਿੱਚ ਬਜ਼ੁਰਗਾਂ ਬਜ਼ੁਰਗਾਂ ਵਾਸਤੇ ਬਹੁਤ ਲੋਕ ਲਾਈ ਜਾਂਦੇ ਆ। ਹਾਂਜੀ ਹਾਂਜੀ, ਤੇ ਲਾਈ ਜਾਂਦੇ ਆ, ਪਿੰਡਾਂ ਵਾਲੇ ਵੀ ਲਵਾ ਸਕਦੇ ਆ, ਸ਼ਹਿਰਾਂ ਵਾਲੇ ਵੀ ਲਵਾ ਸਕਦੇ ਆ, ਜੋ ਮਰਜ਼ੀ। ਤੇ ਤੁਸੀਂ ਦੁਕਾਨਾਂ ਵਾਲੇ ਵੀ ਲਵਾ ਸਕਦੇ ਆ, ਭਾਰੀ ਵੀ ਲਵਾ ਸਕਦੇ ਆ, ਹੌਲੀ ਵੀ ਲਵਾ ਸਕਦੇ ਆ। ਹਾਂਜੀ, ਕੋਈ ਵੀ ਤੁਸੀਂ ਲਿਫਟ ਦਾ ਜਿਹੜਾ ਕੰਮ ਕਰਾਉਣਾ ਤੇ ਬਾਈ ਪ੍ਰਗਟ ਹੋਣੀ ਬਹੁਤ ਸੋਹਣਾ ਕੰਮ ਕਰਦੇ, ਇਹਨਾਂ ਦੇ ਬਾਈ ਹੋਣਾ ਦੇ ਰਿਵਿਊ ਵੀ ਗਾਹਕਾਂ ਤੋਂ ਲਏ ਆ ਜਿਨ੍ਹਾਂ ਦੇ ਲੱਗੀਆਂ ਹੋਈਆਂ, ਬਹੁਤ ਸੋਹਣਾ ਕੰਮ ਕਰਦੇ ਆ। ਮਤਲਬ ਬਾਈ ਹੋਣੀ ਪੁਰਾਣੇ ਆ, ਉਮਰ ਵੀ ਹੋ ਗਈ ਆ, ਤਜਰਬਾ ਵੀ ਹੋ ਗਿਆ, ਅਤੇ ਆਪਾਂ ਕਹਿ ਸਕਦੇ ਵੀ ਕੰਮ ਵੀ ਸੋਹਣਾ ਕਰਦੇ ਅਤੇ ਕੰਮ ਵੀ ਭਵਿੱਖ ਦਾ ਕਰਦੇ ਜਿਹੜਾ ਆਉਣ ਵਾਲੇ ਸਮੇਂ 'ਚ ਚੱਲਣਾ। ਅਸਲ ਦੇ ਵਿੱਚ ਗੋਡੇ ਗਾਡੇ ਹੁਣ ਇਹ ਤਾਂ ਹੈਗਾ ਹੈ ਨਹੀਂ, ਸੱਤਿਆ ਲੋਕਾਂ ਦੇ ਗੋਡਿਆਂ ਗਾਡਿਆਂ 'ਚ ਉਹ ਗੱਲਬਾਤ ਹੈ ਨਹੀਂ ਵੀ ਜਿਵੇਂ ਹੁਣ ਬਾਪੂ ਹੁਣੀ ਵੀਡੀਓ ਦੇਖਣ 'ਤੇ ਉਹ ਕਹਿਣ ਅਸੀਂ ਤਾਂ ਟਿੱਬੇ 'ਤੇ 7 ਵਾਰੀ ਚੜ੍ਹ ਜਾਂਦੇ, ਵੀ ਹੁਣ ਟਿੱਬੇ ਟੁੱਬੇ 'ਤੇ ਚੜ੍ਹਨ ਵਾਲੇ ਲੋਕ ਹੈ ਨਹੀਂ ਗੇ। ਹੁਣ ਤਾਂ ਅੱਗੇ ਸਾਡੇ ਬਾਪੂ ਹੁਣੀ ਸਾਨੂੰ ਸਾਈਕਲ 'ਤੇ ਨਹੀਂ ਸੀ ਜਾਣ ਦਿੰਦੇ, ਸਾਡੇ ਬਾਪੂ ਵਰਗੇ ਵੀ ਉਹ ਵੀ ਕਹਿੰਦੇ ਤੁਰ ਕੇ ਜਾਓ, ਤੁਸੀਂ ਪਿਸ਼ਾਬ ਕਰਨ ਲੱਗੇ ਵੀ ਸਾਈਕਲ ਚੱਕ ਲੈਂਦੇ। ਹੁਣ ਜੇ ਕੋਈ ਸਾਈਕਲ ਵੀ ਚੱਕਦਾ ਤਾਂ ਅਗਲਾ ਕਹਿੰਦਾ ਯਾਰ ਬਹੁਤ ਤਕੜਾ ਬੰਦਾ ਸਾਈਕਲ ਲਈ ਫਿਰਦਾ, ਕਿਉਂਕਿ ਹੁਣ ਮੋਟਰਸਾਈਕਲ ਚੱਕਣਾ ਵੀ ਅਗਲਾ ਸ਼ਰਮ ਆਉਂਦਾ, ਗੱਡੀ ਚੱਕਦਾ। ਅਤੇ ਹੁਣ ਗੋਡਿਆਂ ਗਾਡਿਆਂ 'ਚ ਉਹ ਗੱਲਬਾਤ ਹੈ ਨਹੀਂ ਗੀ, ਹੁਣ ਲਿਫਟਾਂ ਦਾ ਆਉਣ ਵਾਲੇ ਸਮੇਂ 'ਚ ਜ਼ਮਾਨਾ ਹੈਗਾ। ਮਤਲਬ ਤੇਰੇ ਕੰਮ ਦੱਸ ਜਿਹੜਾ ਭਵਿੱਖ ਹੈਗਾ, ਅਤੇ ਤੁਸੀਂ ਵਧੀਆ ਗੱਲ ਆ ਉਹਦੇ ਬੇਟੇ ਨੂੰ ਨਾਲ ਲਾ ਲਿਆ, ਅਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੋਨਾਂ ਪਿਓ ਪੁੱਤਾਂ ਨੂੰ ਘਰੜੇ ਹੋ ਕੇ ਚੱਲਣਾ ਪੈਣਾ, ਕਣ ਵਾਹੁਣਾ ਪਊਗਾ। ਇਹ ਤਾਂ ਹੈਗਾ ਜੀ, ਕਰਨਾ। ਨੰਬਰ ਸਕਰੀਨ 'ਤੇ ਸੱਜਣੋ, ਸੰਪਰਕ ਕਰ ਲਿਓ ਬਾਈ ਹੁਣਾਂ ਦੇ ਨਾਲ ਜੇ ਕਿਸੇ ਨੇ ਲਿਫਟ ਲਵਾਉਣੀ ਹੋਈ।